सुन मेरी बदमाश एक मिनट भाई ताकि मेहरबानी जरा धियां भैन बच्चे मला ला कोई बकवास ना करी चल इतने ना पता लगे कि तू चाह है मेनू प्लाट का दिता ना चुकावा जल्दी कर मैं दुध उत्ते रख के आया यार नहीं कहना ਕਰ ਦੇ ਕਿਉਂ ਨਹੀਂ ਉਹ
ਮੈਂ ਭਾਵੇਂ ਚਿੱਕੜ ਚ ਡਿੱਗ ਪਾਉਂ ਇਹਨੂੰ ਚਿੱਕੜ ਚ ਡਿੱਗ ਜੀਏ ਜਾਂ ਕੋਈ ਸੁਣਦਾ ਗਲੀ ਦੇ ਵਿੱਚ ਕੁੱਤਾ ਮਰਿਆ ਇੱਕ ਮਿੰਟ ਐਸੀ ਕੋਈ ਗੱਲ ਹੋਈ ਹੈ ਜੀ ਅਜੇ ਤੇ ਦੁਆ ਸਲਾਮ ਵੀ ਨਹੀਂ ਇੱਕ ਦੂਜੇ ਦੀ ਪਛਾਣ ਵੀ ਨਹੀਂ ਬਣੀ ਨਹੀਂ ਨਹੀਂ ਪਾਹੇ ਨਾ ਜੁਗਤ ਹੁੰਦੀ ਏ ਐ ਪਿਛਲੇ ਤੇ ਨਾ ਜੀ ਬਿਮਾਰ ਸੀ ਅੱਛਾ ਜੀ ਹਸਪਤਾਲ ਦਾਖਲ ਸੀ ਅੱਛਾ ਇਹਨੂੰ ਬੋਤਲ ਲੱਗੀ ਸੀ ਬੋਤਲ ਲੰਮੀ ਪਈ ਸੀ ਇਹਨੂੰ ਟੰਗਿਆ ਸੀ ਮੈਂ ਕਿਹਾ ਭਾਜੀ ਇਹ ਕੀ ਕੀਤਾ ਕਹਿੰਦਾ ਜੀ ਵੱਧ ਲੱਗੀ ਸੀ ਕੱਢਣ ਲੈ ਓਵਰਡੋਸ ਹੋ ਗਿਆ ਸੀ ਗਲੀ ਦੇ ਵਿੱਚ ਕੁੱਤਾ ਮਰਿਆ ਫਰਿਸ਼ਤਾ ਨੂੰ 3 ਕਿਲੋ ਦੇਸੀ ਘਿਓ ਦੇ ਗਿਆ ਕਹਿੰਦਾ ਜਾਨ ਬਣਾ ਮੈਂ ਕੱਢਣ ਆਉਣਾ ਹੀ ਹਾਂ ਚਲੋ ਚਲੋ ਉਹ ਪਾਇਨੇ ਜਦੋਂ ਪੈਦਾ ਹੋਇਆ ਨਾ ਬਿਲਕੁਲ ਇੰਨਾ ਕਿ ਸੀ ਅੱਛਾ ਬਰੀਕ ਜਿਹਾ ਅੱਛਾ ਨਾ ਹੀ ਮੁਸਲਮਾਨ ਕਰਨ ਆਇਆ ਤੇ ਇਹਦੀ ਧੌਣ ਲਾਉਣ ਲੱਗਾ ਸੀ ਇਹ ਤਾਂ ਵਿਚਾਰਾ ਰੋਇਆ ਤੇ ਉਹਨੂੰ ਪਤਾ ਲੱਗਾ ਮੂੰਹ ਇੱਧਰ ਹੈ ਉਹ ਭਾਏ ਨਾ ਤੁਸੀਂ ਕਿੰਨੀਆਂ ਜੁੱਟਾਂ ਕੀਤੀਆਂ ਹੁਣ ਮੇਰੀ ਵਾਰੀ ਗਲੀ ਦੇ ਵਿੱਚ ਕੁੱਤਾ ਮਰਿਆ ਗਲੀ ਦੇ ਵਿੱਚ ਕੁੱਤਾ ਮਰਿਆ ਆ ਕਰ ਲੈਂਦਾ ਯਾਰ ਉਹ ਕੰਬੀ ਉਹਨੂੰ ਚੜੀ ਹੈ ਨਾ ਐਸੇ ਚੱਲ ਕਰ ਲੱਗਾ ਅੱਛਾ ਗਲੀ ਦੇ ਵਿੱਚ ਕੁੱਤਾ ਮਰਿਆ ਗਲੀ ਦੇ ਵਿੱਚ ਕੁੱਤਾ ਮਰਿਆ ਕੁੱਤਾ ਮਰਿਆ ਕੁੱਤਾ ਮਰਿਆ ਨਹੀਂ ਇੰਦੀ ਵਾਰੀ ਉਹਨੇ ਕਿ ਇੰਦੀ ਵਾਰੀ ਮੇਰੀ ਹਾਂ ਇੰਦੀ ਵਾਰੀ ਓਏ ਇੱਕ ਮਿੰਟ ਚੁੱਪ ਲੋ ਯਾ ਇਹਨੇ ਤਾਂ ਛਟਕਾ ਦਿੱਤਾ ਚੜੇਲਾ ਵਾਪਸ ਕਰਤਾ ਭਰਾਵਾ ਆਪੇ ਚ ਲੈਣ ਦੇ ਨਹੀਂ ਚੱਲ ਜੀ ਮੈਨੂੰ ਨਹੀਂ ਪਤਾ ਲੱਗਾ फांसी हो बच गया मूह बरीक से रस्से चो निकल गया जुगत लाउणी याद आ गल कर